ਮੋਦੀ ਜਿਹੜਾ ਹੈਗਾ ਉਹ ਬਾਲਾਕੋਟ ਵਾਲੇ ਮਾਮਲੇ ਤੇ ਕਾਫੀ ਸਾਰੀਆਂ ਉਹਨਾਂ ਨੇ ਉਹਦੀ ਪ੍ਰੋਮੋਸ਼ਨਸ ਕੀਤੀ ਗਈ ਆ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦਾ ਤੇ ਭਾਰਤੀ ਜਨਤਾ ਪਾਰਟੀ ਦੀ ਸਰਕਾਰ ਦਾ ਇੱਕ ਫੇਲਰ ਆਪਾਂ ਕਹਿ ਸਕਦੇ ਹੈਗੇ। ਕਿਤੇ ਵਿਕਾਸ ਦੀ ਗੱਲ ਨਹੀਂ ਕੀਤੀ ਗਈ, ਕਿਤੇ ਨੌਕਰੀਆਂ ਦੀ ਗੱਲ ਨਹੀਂ ਕੀਤੀ ਗਈ। ਪ੍ਰਧਾਨ ਮੰਤਰੀ ਦੀਆਂ ਵੀਡੀਓਜ਼ ਤੇ ਆਡੀਓਜ਼ ਆ ਜਿਹੜੀਆਂ ਉਹ ਸਾਰੀਆਂ ਕੌਂਸਟੀਚੁਐਂਸੀਆਂ 'ਚ ਚੱਲ ਰਹੀ ਜਿੱਥੇ ਉਹ ਅਪੀਲ ਕਰ ਰਹੇ ਨੇ ਵੋਟਰਾਂ ਨੂੰ ਵੀ ਬਾਲਾਕੋਟ ਵਿੱਚ ਜਿਹੜੇ ਸ਼ਹੀਦ ਹੋਏ ਨੇ ਫੌਜੀ ਉਹਨਾਂ ਦੇ ਨਾਂ ਤੇ ਵੋਟ ਦਿਓ। ਸਿਰਫ ਦੇਸ਼ ਦੀ ਸੁਰੱਖਿਆ ਨੂੰ ਲੈ ਕੇ ਹੀ ਜਿਹੜਾ ਵੋਟਾਂ ਨੇ ਉਹ ਮੰਗੀਆਂ ਗਈਆਂ ਨੇ। ਜਿੱਥੇ ਸਾਰੀ ਪ੍ਰੈਸ ਬੈਠੀ ਹੋਵੇ ਉਹ ਸਵਾਲ ਕਰੇ, ਇਹਦਾ ਮਤਲਬ ਡਰਪੋਕ ਆ ਪ੍ਰਧਾਨ ਮੰਤਰੀ। ਅਕਾਲ ਚੈਨਲ ਨੂੰ ਸਬਸਕ੍ਰਾਈਬ ਕਰੋ, ਨਵੀਂ ਵੀਡੀਓਜ਼ ਦੀ ਨੋਟੀਫਿਕੇਸ਼ਨ ਦੇ ਲਈ ਬੈਲ ਆਈਕਨ ਨੂੰ ਕਲਿੱਕ ਕਰਨਾ ਨਾ ਭੁੱਲਣਾ। ਮੋਦੀ ਜਿਹੜਾ ਹੈਗਾ ਉਹ ਬਾਲਾਕੋਟ ਵਾਲੇ ਮਾਮਲੇ ਤੇ ਕਾਫੀ ਸਾਰੀਆਂ ਉਹਨਾਂ ਨੇ ਉਹਦੀ ਪ੍ਰੋਮੋਸ਼ਨਸ ਕੀਤੀ ਗਈ ਆ, ਕਾਫੀ ਜ਼ਿਆਦਾ ਉੱਤੇ ਵੋਟ ਜਿਹੜੀ ਪੋਲਿਟਿਕਸ ਕੀਤੀ ਗਈ ਆ। ਕਿਤੇ ਵਿਕਾਸ ਦੀ ਗੱਲ ਨਹੀਂ ਕੀਤੀ ਗਈ, ਕਿਤੇ ਨੌਕਰੀਆਂ ਦੀ ਗੱਲ ਨਹੀਂ ਕੀਤੀ ਗਈ, ਜੋ ਜੋ ਵਾਅਦੇ ਕੀਤੇ ਗਏ ਉਹਨਾਂ ਦੀ ਗੱਲ ਨਹੀਂ ਕੀਤੀ ਗਈ। ਸਿਰਫ ਦੇਸ਼ ਦੀ ਸੁਰੱਖਿਆ ਨੂੰ ਲੈ ਕੇ ਹੀ ਜਿਹੜਾ ਵੋਟਾਂ ਨੇ ਉਹ ਮੰਗੀਆਂ ਗਈਆਂ ਨੇ, ਤੁਸੀਂ ਇਸ ਨੂੰ ਕਿੰਨਾ ਕੁ ਠੀਕ ਮੰਨਦੇ ਹੋ? ਹਾਂਜੀ ਹਾਂਜੀ, ਇਹ ਅਸਲ 'ਚ ਅਸੀਂ ਸਮਝਦੇ ਹਾਂ ਵੀ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦਾ ਅਤੇ ਭਾਰਤੀ ਜਨਤਾ ਪਾਰਟੀ ਦੀ ਸਰਕਾਰ ਦਾ ਇੱਕ ਫੇਲਰ ਆਪਾਂ ਕਹਿ ਸਕਦੇ ਹੈਗੇ। ਵੀ 5 ਸਾਲ ਉਹਨਾਂ ਨੂੰ ਲੋਕਾਂ ਨੇ ਰੁਜ਼ਗਾਰ, ਸੋਸ਼ਲ ਸਿਕਿਉਰਿਟੀ, ਐਜੂਕੇਸ਼ਨ, ਹੈਲਥ ਅਤੇ ਹੋਰ ਬਹੁਤ ਸਾਰੀਆਂ ਚੀਜ਼ਾਂ ਲਈ ਦਿੱਤੇ ਸੀਗੇ। ਇਹਦਾ ਮਤਲਬ ਉਹ ਸਾਰੀਆਂ ਗੱਲਾਂ 'ਚੋਂ ਫੇਲ ਹੋਏ ਨੇ, ਤਾਂ ਜਾ ਕੇ ਉਹ ਜਿਹੜੀ ਪਾਕਿਸਤਾਨ ਵਾਲੇ ਆ ਉਹ ਜਿਹੜਾ CRP ਦੇ ਜਵਾਨਾਂ ਦੀ ਉੱਥੇ ਸ਼ਹਾਦਤ ਹੋਈ ਆ ਵੀ ਉਹਦੇ 'ਤੇ ਵੋਟਾਂ ਮੰਗਣ ਤੱਕ। ਈਵਨ ਪ੍ਰਧਾਨ ਮੰਤਰੀ ਦੀਆਂ ਵੀਡੀਓਜ਼ ਅਤੇ ਆਡੀਓਜ਼ ਆ ਜਿਹੜੀਆਂ ਉਹ ਸਾਰੀਆਂ ਕੌਂਸਟੀਚੁਐਂਸੀਆਂ 'ਚ ਚੱਲ ਰਹੀ ਜਿੱਥੇ ਉਹ ਅਪੀਲ ਕਰ ਰਹੇ ਨੇ ਵੋਟਰਾਂ ਨੂੰ ਵੀ ਬਾਲਾਕੋਟ ਵਿੱਚ ਜਿਹੜੇ ਸ਼ਹੀਦ ਹੋਏ ਨੇ ਫੌਜੀ ਉਹਨਾਂ ਦੇ ਨਾਂ 'ਤੇ ਵੋਟ ਦਿਓ। ਜਾਣੀ ਇਹ ਬਹੁਤ ਅਸੀਂ ਸਮਝ ਸਕਦੇ ਹਾਂ ਵੀ ਇੱਕ ਡੈਮੋਕ੍ਰੇਟਿਕ ਸੋ ਕਾਲ ਡੈਮੋਕ੍ਰੇਟਿਕ ਕੰਟਰੀ ਜਿਹਨੂੰ ਕਿਹਾ ਜਾਂਦਾ ਵੀ ਡੈਮੋਕ੍ਰੇਟਿਕ ਆ, ਉਹ ਕਹਿੰਦੇ ਨੇ ਵੀ ਉਹਦੇ 'ਚ ਇਸ ਤਰ੍ਹਾਂ ਵੋਟਾਂ ਮੰਗੀਆਂ ਜਾ ਰਹੀਆਂ ਨੇ। ਇੱਕ ਤਾਂ ਇਹ ਹੈਗਾ ਵੀ ਤੁਸੀਂ ਆਪਣੀ ਜਮਹੂਰੀਅਤ ਦੀ ਜਿਹੜੀ ਜ਼ਿੰਮੇਵਾਰੀ ਆ ਉਹ ਤੋਂ ਮੂੰਹ ਮੋੜ ਰਹੇ ਹੋ। ਤੁਹਾਨੂੰ ਸਰਕਾਰ ਚਲਾਉਣ ਲਈ 5 ਸਾਲ ਦਿੱਤੇ ਗਏ ਸੀ, ਸਰਕਾਰ ਨੇ ਕੀ ਕੀਤਾ 5 ਸਾਲਾਂ 'ਚ? ਤੁਹਾਡੇ ਕੋਲ ਉਹਦੀ ਕੋਈ ਪ੍ਰਾਪਤੀ ਨਹੀਂ, ਇੱਕ ਵੀ ਪ੍ਰਾਪਤੀ ਨਹੀਂ। ਔਰ ਤੁਸੀਂ ਦੇਖੋ ਵੀ ਪ੍ਰਧਾਨ ਮੰਤਰੀ ਦਾ ਪਿਛਲੇ 5 ਸਾਲਾਂ 'ਚ ਇੱਕ ਵੀ ਇਸ ਤਰ੍ਹਾਂ ਦਾ ਮੀਟ ਦੀ ਪ੍ਰੈਸ ਪੋਲੀਟੀਕਲ ਇੰਟਰਵਿਊ ਨਹੀਂ ਆਇਆ ਜਿੱਥੇ ਸਾਰੀ ਪ੍ਰੈਸ ਬੈਠੀ ਹੋਵੇ ਉਹ ਸਵਾਲ ਕਰੇ, ਇਹਦਾ ਮਤਲਬ ਡਰਪੋਕ ਆ ਪ੍ਰਧਾਨ ਮੰਤਰੀ। ਹੀ ਇਜ਼ ਨਾਟ ਏ ਸਟਰੋਂਗ ਪ੍ਰਾਈਮ ਮਿਨਿਸਟਰ, ਹੈ ਨਾ? ਤੇ ਦੂਜਾ ਹੁਣ ਜੇ ਫੌਜੀਆਂ ਦੇ ਨਾਂ ਤੋਂ ਜਿਹੜੇ ਸ਼ਹੀਦ ਹੋਏ ਫੌਜੀ ਨੇ ਉਹਨਾਂ ਦੇ ਨਾਂ ਤੋਂ ਵੋਟਾਂ ਮੰਗਣੀਆਂ, ਤਾਂ ਅਸੀਂ ਸਮਝਦੇ ਹਾਂ ਵੀ ਰਾਜਸੀ ਲੀਡਰਾਂ ਨੂੰ ਕੋਈ ਹੱਕ ਨਹੀਂ ਹੈ ਵੋਟਾਂ ਮੰਗਣ ਦਾ। ਸ਼ਹੀਦ ਫੌਜੀ ਹੋਏ ਨੇ ਇਸ ਲਈ ਉਹਨਾਂ ਫੌਜੀ 40 ਫੌਜੀਆਂ ਦੇ ਪਰਿਵਾਰਾਂ ਮੈਂਬਰਾਂ ਨੂੰ 40 ਸੀਟਾਂ ਦਿੱਤੀਆਂ ਜਾਣੀਆਂ ਚਾਹੀਦੀਆਂ ਸੀ, ਠੀਕ ਹੈ ਜੀ? ਲੀਡਰ ਆਪਣੇ ਘਰਾਂ 'ਚ Z+ ਸਿਕਿਉਰਿਟੀ 'ਚ ਬੈਠੇ ਹੁਕਮ ਦਿੰਦੇ ਰਹੇ ਆ, ਜਿਹੜੇ ਮੈਦਾਨ ਵਿੱਚ ਲੜੇ ਨੇ ਉਹ ਫੌਜੀ ਲੜੇ ਨੇ, ਜਾਂ ਜਿਹੜੇ ਮਰੇ ਨੇ ਉਹ ਫੌਜੀ ਮਰੇ ਨੇ। ਇੱਕ ਤਾਂ ਉਹਨਾਂ ਦੇ ਪਰਿਵਾਰਾਂ ਦੀ ਜਿਹੜੀ ਜ਼ਿੰਦਗੀ ਸੁਧਰ ਜਾਂਦੀ, ਕਿਉਂਕਿ ਹੁਣ ਜਦੋਂ ਬੰਦਾ ਮਾਰਿਆ ਗਿਆ ਉਹਨਾਂ ਦਾ ਰੋਟੀ ਪਾਣੀ ਦੇ ਮਸਲੇ ਖੜ੍ਹੇ ਹੋ ਗਏ ਹੋਏ ਨੇ, ਬੱਚੇ ਛੋਟੇ ਨੇ। ਚਾਹੀਦਾ ਸੀ ਵੀ ਉਹਨਾਂ ਫੌਜੀਆਂ ਦੇ ਪਰਿਵਾਰਾਂ ਨੂੰ 40 ਦੇ 40 ਜਾਂ 45 ਦੇ 45 ਪਰਿਵਾਰਾਂ ਨੂੰ ਲੋਕ ਸਭਾ ਦੀਆਂ ਟਿਕਟਾਂ ਦਿੱਤੀਆਂ ਜਾਂਦੀਆਂ ਜਾਂ BJP ਵੱਲੋਂ ਦਿੱਤੀਆਂ ਜਾਂਦੀਆਂ। ਜਿਹੜੇ ਲੋਕ ਉਹਨਾਂ ਦੇ ਨਾਂ 'ਤੇ ਵੋਟ ਮੰਗ ਰਹੇ ਉਹ ਅਕਿਰਤ ਘਣਤਾ ਕਰ ਰਹੇ ਨੇ ਪੂਰੀ ਤਰ੍ਹਾਂ। ਇੱਕ ਤਰ੍ਹਾਂ ਨਾਲ ਉਹ ਬਹਾਦਰੀ ਨਹੀਂ ਹੈ, ਡਰਪੋਕ ਪਾਉਣਾ, ਕੋਵਰਡਨੈਸ ਅਸੀਂ ਕਹਿ ਸਕਦੇ ਹਾਂ ਵੀ ਮਰਿਆ ਕੋਈ ਹੋਰ ਆ, ਵੋਟਾਂ ਤੁਸੀਂ ਮੰਗ ਰਹੇ ਹੋ ਉਹਨਾਂ ਨੂੰ ਦਿਓ, ਉਹ ਮਰੇ ਨੇ, ਉਹ ਜੰਗ 'ਚ ਉੱਥੇ ਲੜ ਰਹੇ ਨੇ, ਫਿਰ ਸਾਰੀਆਂ ਸੀਟਾਂ 'ਤੇ ਉਹਨਾਂ ਨੂੰ ਬਿਠਾਓ। BJP ਜਸਟ ਉਹਨਾਂ ਦਾ ਪ੍ਰਚਾਰ ਕਰੇ, BJP ਨੂੰ ਕੋਈ ਹੱਕ ਨਹੀਂ ਆ, ਕਾਂਗਰਸ ਨੂੰ ਕੋਈ ਹੱਕ ਨਹੀਂ ਸ਼ਹੀਦਾਂ ਦੇ ਨਾਂ 'ਤੇ ਵੋਟ ਮੰਗਣ ਦਾ। ਸਾਰੇ ਪਰਿਵਾਰਾਂ ਨੂੰ, ਉਹਨਾਂ ਫੌਜੀਆਂ ਨੂੰ ਦਿਓ, ਉਹਨਾਂ ਦੇ ਪਰਿਵਾਰਕ ਮੈਂਬਰਾਂ ਨੂੰ ਸਿੱਖਣ, ਅਤੇ BJP ਉਹਨਾਂ ਦਾ ਜਿੱਦਾਂ ਪ੍ਰਚਾਰ ਕਰੇ, ਆਪ ਵੋਟਾਂ ਨਾ ਮੰਗੇ, ਫਿਰ ਮੰਨਦੇ ਆ ਵੀ ਹਾਂ ਉਹ ਸ਼ਹੀਦਾਂ ਦਾ ਸਤਿਕਾਰ ਕਰਦੇ ਆ। ਅਕਾਲ ਚੈਨਲ ਨੂੰ ਸਬਸਕ੍ਰਾਈਬ ਕਰੋ, ਨਵੀਂ ਵੀਡੀਓਜ਼ ਦੀ ਨੋਟੀਫਿਕੇਸ਼ਨ ਦੇ ਲਈ ਬੈਲ ਆਈਕਨ ਨੂੰ ਕਲਿੱਕ ਕਰਨਾ ਨਾ ਭੁੱਲਣਾ।